ਰੇਡੀਓ ਸਪਾਈਸ ਸੁਣ ਰਹੇ ਸਾਰੇ ਸੋਤਿਆਂ ਦਾ ਸਵਾਗਤ ਕਰਦੇ ਹਾਂ। ਮੈਂ ਨਵਤੀ ਰੰਧਾਵਾ ਤੁਹਾਡੇ ਲਈ ਇੱਕ ਵਾਰੀ ਫਿਰ ਖਾਸ ਇੰਟਰਵਿਊ ਲੈ ਕੇ ਹਾਜ਼ਰ ਹੋ ਗਿਆ। ਜੋਰਾ ਆਪਾਂ ਫਿਲਮ ਜਿਹੜੀ ਯਾਦ ਹੈ 10 ਨੰਬਰੀਆ ਪਿਛਲੇ ਸਾਲ ਇਸ ਫਿਲਮ ਨੂੰ ਦੇਖਿਆ ਸੀ। ਅਮਰਦੀਪ ਭਾਜੀ ਹੁਣਾਂ ਨੇ ਜਿੱਥੇ ਇਸ ਫਿਲਮ ਦੇ ਵਿੱਚ ਕਿਰਦਾਰ ਜਿਹੜੇ ਚੁਣੇ ਉਹਨਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਉਹਨਾਂ ਕਿਰਦਾਰਾਂ ਨੇ ਜਾਨ ਪਾ ਦਿੱਤੀ। ਸਟੋਰੀ ਨੇ ਜਿਹੜਾ ਬਹੁਤ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਇੱਕ ਵਿਲੱਖਣ ਛਾਪ ਛੱਡੀ। ਫਿਲਮ ਜਿਹੜੀ ਸੀ ਉਸਦਾ ਸੈਕਿੰਡ ਚੈਪਟਰ ਜਿਹੜਾ ਉਹ ਤਿਆਰ ਹੈ ਅਤੇ ਫਿਲਮ ਦਸਤਕ ਦੇਵੇਗੀ। ਤੁਹਾਡੇ ਰੇਡੀਓ ਸਪਾਈਸ ਦੇ ਜ਼ਰੀਏ ਜਿਹੜੀ ਅਸੀਂ ਪ੍ਰਮੋਸ਼ਨ ਕਰ ਰਹੇ ਹਾਂ ਉਸ ਨੂੰ ਨਾਲ ਲੈ ਕੇ ਮਾਰਚ ਦੇ ਮਹੀਨੇ ਦੇ ਵਿੱਚ ਇਹ ਫਿਲਮ ਨੇ ਜਿਹੜਾ ਤੁਹਾਡੇ ਸਿਨੇਮਾ ਘਰਾਂ ਦੇ ਵਿੱਚ ਪਹੁੰਚ ਜਾਣਾ। 6 ਮਾਰਚ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਸਾਡੇ ਨਾਲ ਇਸ ਟਾਈਮ ਲਾਈਵ ਯਾਦ ਗਰੇਵਾਲ ਜਿਹੜੇ ਨੇ ਇੰਡੀਆ ਤੋਂ ਜੁੜ ਗਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਇਸਤਕਬਾਲ ਕਰਦੇ ਹਾਂ, ਜੀਆਂ ਆਖਦੇ ਹਾਂ। ਗਰੇਵਾਲ ਸਾਹਿਬ ਰੇਡੀਓ ਸਪਾਈਸ ਉੱਤੇ ਸਵਾਗਤ ਹੈ ਜੀ, ਜੀਆਂ ਨੂੰ। ਥੈਂਕ ਯੂ ਭਾਈ, ਥੈਂਕ ਯੂ ਸੋ ਮਚ, ਥੈਂਕ ਯੂ। ਸੋ ਗਰੇਵਾਲ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ। ਤੁਹਾਡੀ ਫਿਲਮਾਂ ਦੇ ਸਫ਼ਰ ਦੇ ਵਿੱਚ ਭਾਵੇਂ ਉਸ ਸਿਕੰਦਰ ਦੇ ਵਿੱਚ ਹੋਵੇ ਜਾਂ ਫਿਲਮਾਂ ਦੇ ਵਿੱਚ ਕੋਈ ਧੜੱਲੇਦਾਰ ਰੋਲ ਹੋਵੇ ਜਿਸ ਦੇ ਵਿੱਚ ਫੱਟੇ ਚੱਕ ਕੰਮ ਕਰਾਉਣਾ ਹੁੰਦਾ ਅਤੇ ਯਾਦ ਗਰੇਵਾਲ ਜਿਹੜਾ ਹੈ ਉੱਥੇ ਤੁਹਾਨੂੰ ਖੜਾ ਨਜ਼ਰ ਆਉਂਦਾ। ਸੋ ਇਸ ਫਿਲਮ ਦੇ ਵਿੱਚ ਪਹਿਲੀ ਦੇ ਵਿੱਚ ਵੀ ਕਿਰਦਾਰ ਤੁਹਾਡਾ ਬੜਾ ਦਮਦਾਰ ਜਿਹੜਾ ਕਿਰਦਾਰ ਸੀ, ਸੈਕਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ? ਇਹ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਇਹ ਜਿਹੜੀ ਪਹਿਲੀ ਸਟੋਰੀ ਸੀਗੀ ਉਸੇ ਨੂੰ ਅੱਗੇ ਵਧਾਉਂਦੀ ਹੋਈ ਚੱਲਦੀ ਹੈ ਫਿਲਮ, ਤੇ ਕਿਉਂਕਿ ਜੋਰਾ ਤੇ ਤੁਹਾਨੂੰ ਪਤਾ ਰਾਜਨੇਤਾ ਬਣ ਜਾਂਦਾ ਤੇ ਜੋਰਾ ਦਾ ਮੈਂ ਇਹਦੇ ਚ ਰਾਈਟ ਹੈਂਡ ਟਾਈਪ ਹੀ ਦਿਖਾਇਆ ਹੋਇਆ ਨਾ, ਭਰਾ ਹੁੰਦਾ ਜੋਰਾ ਦਾ ਦੀਪਾ ਬਾਈ ਜੀ, ਤੇ ਉਹੀ ਅਸੀਂ ਅੱਗੇ ਚੱਲ ਕੇ ਸਾਡੀ ਸਟਰਗਲ ਹੈ ਫਿਲਮ ਦੇ ਵਿੱਚ ਵੀ ਕਿਵੇਂ ਅਸੀਂ ਗਾਂਹ ਚੱਲ ਕੇ ਇਹ ਰਾਜਨੀਤੀ ਦੇ ਵਿੱਚ ਕਿਵੇਂ ਅਸੀਂ ਉਹਨੂੰ ਸਟਰਗਲ ਕਰਦੇ ਹੋਏ ਤੇ ਕਿਵੇਂ ਅੱਗੇ ਵੱਧਦੇ ਹਾਂ ਤੇ ਕੀ ਕੁਛ ਸਾਨੂੰ ਦੇਖਣਾ ਪੈਂਦਾ, ਉਹ ਸਾਰਾ ਕੁਛ ਇਹਦੇ ਵਿੱਚ ਹੈਗਾ ਵੀ ਇੱਕ ਰਾਜਨੇਤਾ ਦੀ ਲਾਈਫ ਕਿਹੋ ਜਿਹੀ ਹੁੰਦੀ ਹੈ, ਜਿਹੜੇ ਕਿ ਸਪੈਸ਼ਲੀ ਉਹਨਾਂ ਘਰਾਂ ਤੋਂ ਨੀ ਹੈਗੇ ਜਿਹਨਾਂ ਦੀ ਮਤਲਬ ਕਿ ਇੱਕ ਤਾਂ ਹੁੰਦੀ ਹੈ ਨਾ ਕਿ ਖਾਨਦਾਨੀ ਰਾਜਨੀਤੀ, ਇੱਕ ਤੁਸੀਂ ਸਟਰਗਲ ਕਰਕੇ ਰਾਜਨੀਤੀ ਲਈ ਹੁੰਦੀ ਹੈ ਜੀ, ਤੇ ਉਹ ਅਸੀਂ ਸਟਰਗਲ ਕਰਕੇ ਰਾਜਨੀਤੀ ਲਈ ਹੈ ਉਹਨਾਂ ਦੀ ਲਾਈਫ, ਜਿਹੜੇ ਸਟਰਗਲ ਕਰਕੇ ਰਾਜਨੀਤੀ ਲੈਂਦੇ ਜ਼ੀਰੋ ਤੋਂ ਉੱਠ ਕੇ ਰਾਜਨੇਤਾ ਬਣਦੇ ਆ ਉਹਨਾਂ ਦੀ ਲਾਈਫ ਹੈ। ਵਾਹ ਜੀ ਵਾਹ। ਇਹ ਫਿਲਮ ਦੇ ਵਿੱਚ ਗਰੇਵਾਲ ਸਾਹਿਬ ਡਾਇਲੋਗ ਬੜੇ ਧੜੱਲੇਦਾਰ ਨੇ ਜਿਨ੍ਹਾਂ ਨੂੰ ਆਮ ਤੌਰ ਦੇ ਉੱਤੇ ਤੁਸੀਂ ਜਿਹੜਾ ਟ੍ਰੇਲਰ ਦੇ ਵਿੱਚ ਵੀ ਦੇਖਿਆ। ਸੋ ਇਹਨਾਂ ਕਿਰਦਾਰਾਂ ਦੇ ਵਿੱਚ ਆਪਣੇ ਆਪ ਨੂੰ ਢਾਲਣਾ ਵੀ ਕੋਈ ਸੁਖਾਲਾ ਕੰਮ ਨਹੀਂ ਹੈ, ਜਿੱਥੇ ਕਿ ਖਾਸ ਕਰਕੇ ਐਕਸਪੈਕਟੇਸ਼ਨ ਜਿਹੜੀ ਹੈ ਉਹ ਪਹਿਲੀ ਜਿਹੜੀ ਫਿਲਮ ਹੈ ਉਸਦੇ ਸੈਕਿੰਡ ਭਾਗ 'ਚ ਹੋਰ ਵੀ ਵੱਧ ਜਾਂਦੀ ਹੈ। ਸੋ ਜਿੱਥੇ ਮੈਂ ਪੁੱਛਾਂਗਾ ਕਿ ਤੁਹਾਡੇ ਅਮਰਦੀਪ ਭਾਜੀ ਜਿਹੜੇ ਨੇ ਬਠਿੰਡੇ ਵਾਲੇ ਉਹਨਾਂ ਨਾਲ ਕੰਮ ਕਰਕੇ ਕਿਵੇਂ ਲੱਗਿਆ, ਕਿਉਂਕਿ ਨੈਚੁਰਲੀ ਉਹਨਾਂ ਨੇ ਖੁਦ ਇਹ ਸਟੋਰੀ ਜਿਹੜੀ A to Z ਸਾਕਾਰ ਕੀਤੀ ਹੈ? ਜੀ ਜੀ ਜੀ, ਅਮਰਦੀਪ ਭਾਜੀ ਉਹ ਤੋਂ ਵੱਡੇ ਭਰਾ ਨੇ ਜੀ ਸਾਡੇ, ਤੇ ਬਹੁਤ ਪੁਰਾਣਾ ਰਿਲੇਸ਼ਨ ਆ, ਕੋਈ ਹੁਣ ਦੇ ਨਹੀਂ, ਸਾਡਾ ਤਾਂ ਬਚਪਨ ਤੋਂ ਮਤਲਬ ਕਿ ਉਹਨਾਂ ਨਾਲ ਹੈਗਾ ਪਿਆਰ ਜੀ, ਤੇ ਅਸੀਂ ਤਾਂ ਉਹਨਾਂ ਨੂੰ ਦੇਖਿਆ ਗੀਤਕਾਰੀ ਤੋਂ ਲੈ ਕੇ ਫਿਲਮਾਂ ਤੱਕ ਪਹੁੰਚਦੇ ਤੇ ਈਵਨ ਕਿ ਮੇਰੇ ਵੀ ਕੈਰੀਅਰ ਦੇ ਵਿੱਚ ਕੋਈ ਵੀ ਰੈਸਲਾ ਹੁੰਦੀ ਸੀ ਤਾਂ ਮੈਂ ਹਮੇਸ਼ਾ ਉਹਨਾਂ ਤੋਂ ਹੀ ਗਾਈਡ ਮਤਲਬ ਲੈਣੀ ਹੁੰਦੀ ਸਲਾਹ ਸਲੂਹ ਤਾਂ ਉਹਨਾਂ ਤੋਂ ਹੀ ਲਈਦੀ ਸਲਾਹ, ਉਹੀ ਗਾਈਡ ਕਰਦੇ ਆਏ ਆ ਵੀ ਆਹ ਕਰ ਆਹ ਨਾ ਕਰ, ਇਹ ਸਾਰੀਆਂ ਗੱਲਾਂ ਹਰ ਚੀਜ਼ ਮੈਂ ਪੁੱਛ ਕੇ ਕਰਦਾ ਉਹਨਾਂ ਤੋਂ, ਤੇ ਉਹ ਤਾਂ ਭਰਾ ਨੇ ਜੀ ਸਾਡੇ ਵੱਡੇ, ਉਹ ਤਾਂ ਹੁਣ ਕੋਈ ਗੱਲ ਹੀ ਨਹੀਂ ਹੈ ਜੀ। ਇਸ ਦੇ ਵਿੱਚ ਇੱਕ ਨਵਾਂ ਕਰੈਕਟਰ ਜਿਹੜਾ ਜੁੜਦਾ ਸਿੰਘਾ ਜਿਹੜਾ ਇਸ ਫਿਲਮ ਦੇ ਵਿੱਚ ਬਤੌਰ ਵਿਲਨ ਵੀ ਨਾਲ ਦੀਪ ਸਿੱਧੂ ਹੋਣਾ ਦੇ ਜੋਰਾ ਜਿਹੜਾ ਆਣ ਜੁੜਦਾ, ਸੋ ਇਹ ਵੀ ਇੱਕ ਤੁਸੀਂ ਕਹਿ ਲਓ ਕਿ ਅੱਜ ਦੀ ਗਾਇਕੀ ਨੂੰ ਵੀ ਨਾਲ ਜੋੜ ਦਿੱਤਾ ਗਿਆ ਫਿਲਮ ਦੇ ਨਾਲ, ਤੇ ਸੋ ਜੋ ਹਿੱਟ ਹੈ ਉਹ ਵੇਖਦਾ। ਸੋ ਉਹਨਾਂ ਦੇ ਕਰੈਕਟਰ ਨੂੰ ਲੈ ਕੇ ਉਹਨਾਂ ਨਾਲ ਕੰਮ ਕਰਦਿਆਂ ਕਿਸ ਤਰ੍ਹਾਂ ਦਾ ਮਾਹੌਲ ਸੀ? ਵਧੀਆ ਸੀ ਜੀ, ਬਹੁਤ ਵਧੀਆ ਸੀ, ਕਿਉਂਕਿ ਵਧੀਆ ਮੁੰਡਾ ਉਹ ਤੇ ਮਿਹਨਤੀ ਹੈ, ਕੰਮ ਵਧੀਆ ਕਰਦਾ, ਮਿਹਨਤ ਕਰਦਾ, ਆਪਦੇ ਕੰਮ ਤੇ ਧਿਆਨ ਦਿੰਦਾ ਪੂਰਾ, ਤੇ ਉਹਨੂੰ ਸ਼ੌਂਕ ਵੀ ਹੈ ਇਸ ਗੱਲ ਦਾ ਹਨਾ, ਤੇ ਸਿੰਗਿੰਗ ਤਾਂ ਤੁਹਾਨੂੰ ਪਤਾ ਹੀ ਹੈ ਉਹਦੀ, ਤੁਸੀਂ ਦੇਖਿਆ ਹੀ ਆਪਾਂ, ਪਹਿਲਾਂ ਰਾਈਟਿੰਗ ਸੀ ਫਿਰ ਸਿੰਗਰ ਬਣਿਆ ਫਿਰ ਹੁਣ ਐਕਟਿੰਗ 'ਚ ਵੀ ਆਇਆ, ਤੇ ਵਧੀਆ ਬਹੁਤ ਮਿਹਨਤ ਕਰਦਾ, ਵਧੀਆ ਮੁੰਡਾ ਤੇ ਅੱਛਾ ਮਜ਼ਾ ਆਇਆ ਉਹਦੇ ਨਾਲ ਕੰਮ ਕਰਕੇ ਜੀ। ਫਿਲਮ ਦੀ ਸ਼ੂਟਿੰਗ ਜਿਹੜੀ ਆ ਆਮ ਤੌਰ 'ਤੇ ਬਠਿੰਡੇ ਦੇ ਆਲੇ ਦੁਆਲੇ ਵੀ ਘੁੰਮਦੀ ਨਜ਼ਰ ਆਈ, ਇਸ ਦੇ ਵਿੱਚ ਤੁਹਾਡੇ ਬੜੇ ਕਰੀਬੀ ਰਿਸ਼ਤੇਦਾਰ ਮੈਂ ਕਹਿ ਸਕਦਾ ਮਾਮਾ ਜੀ ਜਿਹੜੇ ਆ
ਉਹਨਾਂ ਨੇ ਜੀ ਬਾਰਡਰ ਪਾਰ ਕਰਕੇ ਹਰਿਆਣਵੀ ਦੇ ਉਹਨਾਂ ਦੇ ਡਾਇਲੌਗ ਜਿਹੜੇ ਹੁਣੇ ਹੁਣੇ ਸੁਣੇ ਨੇ ਟ੍ਰੇਲਰ 'ਤੇ, ਸਾਰੇ ਬੜੇ ਹੈਰਾਨ ਰਹਿ ਗਏ ਕਿ ਗੁੱਗੂ ਬਾਈ ਦੇ ਵਿੱਚ ਇਹ ਵੀ ਕਲਾ ਹੈਗੀ ਆ। ਸੋ ਇਹ ਵੀ ਉਹਨਾਂ ਦਾ ਇੱਕ ਨਵਾਂ ਪੱਖ ਦੇਖਿਆ ਜੀ। ਜੀ 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 ਬਿਲਕੁਲ ਬਿਲਕੁਲ। ਉਹ ਐਕਚੁਅਲੀ ਕੀ ਸੀਗਾ ਕਿ ਜਿਹੜੇ ਗੁੱਗੂ ਹੁਣਾਂ ਦੇ ਫਾਦਰ ਸਾਹਿਬ ਸੀ ਨਾ, ਉਹਨਾਂ ਨੂੰ ਬਾਈ ਜੀ ਕਹਿੰਦੇ ਹੁੰਦੇ ਸੀ, ਉਹਨਾਂ ਦੀ ਨਾ ਦੋਸਤੀ ਬਹੁਤ ਸੀਗੀ ਜਿਹੜੇ ਪਹਿਲਾਂ ਓਮ ਹਿਟਲਰ ਜੀ ਹੁੰਦੇ ਸੀਗੇ, ਤੇ ਉਹਨਾਂ ਨਾਲ ਉਹਨਾਂ ਦੀ ਪੱਗ ਪਟਾਈ ਹੋਈ ਸੀ, ਤੇ ਉਹ ਜੀ ਤਾਂ ਕਰਕੇ ਆਉਣੀ ਜਾਣੀ ਬਹੁਤ ਜ਼ਿਆਦਾ ਸੀ ਆਪਸ 'ਚ, ਤੇ ਨਾਲ ਬਾਰਡਰ ਵੀ ਆ ਗਿਆ ਉੱਥੇ ਅੱਧੇ ਪਿੰਡ ਨਾਲ ਹੀ, 5-7 ਕਿਲੋਮੀਟਰ ਤੇ ਹਰਿਆਣਾ ਸ਼ੁਰੂ ਹੋ ਜਾਂਦੇ, ਹਰਿਆਣੇ ਦੇ ਪਿੰਡ ਆ ਤੇ ਉੱਥੇ ਭਾਈਚਾਰਾ ਬਹੁਤ ਹੈ, ਤੇ ਉਹ ਤਾਂ ਕਰਕੇ ਮਤਲਬ ਜਿਵੇਂ ਪੰਜਾਬੀ ਬੋਲਦੇ ਉਵੇਂ ਹਰਿਆਣੇ ਵੀ ਉਵੇਂ ਹੀ ਬੋਲਦੇ ਨੇ, ਉਹ ਬਾਗੜੀ ਕਹਿੰਦੇ ਨੇ ਉਹਨੂੰ, ਹਰਿਆਣਵੀ ਨਹੀਂ ਹੈਗੀ ਐਕਚੁਅਲੀ, ਉਹ ਬਾਗੜੀ ਬੋਲੀ ਉਹਨਾਂ ਨੇ, ਉਹ ਬਾਗੜੀ ਬੋਲੀ ਹੈ। ਵਾਹ ਜੀ ਵਾਹ। ਅੱਛਾ, ਤੇ ਜੀ ਜੀ ਇਸ ਫਿਲਮ ਦੇ ਵਿੱਚ ਖਾਸ ਕਰਕੇ ਪਿਛਲੀ ਫਿਲਮ ਨਾਲੋਂ ਤੁਸੀਂ ਕੀ ਜੀ ਵੱਖਰਾ ਦੇਖਦੇ ਹੋ ਐਕਟਿੰਗ ਦੇ ਪੱਖੋਂ, ਜਿਹੜੀ ਇਹਦੇ 'ਚ ਟੈਕਨੀਕਾਂ ਦੇ ਪੱਖੋਂ, ਅਦਾਕਾਰੀ ਦੇ ਪੱਖੋਂ ਤੁਹਾਨੂੰ ਕੀ ਵੱਖਰਾ ਅਤੇ ਵਧੀਆ ਲੱਗਿਆ? ਭਾਜੀ, ਇਹ ਫਿਲਮ ਹੈ ਨਾ ਜਿਹੜੀ ਹੁਣ ਸੈਕਿੰਡ ਜੋਰਾ ਦਾ ਸੈਕਿੰਡ ਚੈਪਟਰ, ਇਹ ਨੈਕਸਟ ਲੈਵਲ ਹੈ ਹਰ ਜੀ ਚੀਜ਼ ਦੇ ਵਿੱਚ, ਟੈਕਨੀਕਲੀ ਵੀ, ਸਟੋਰੀ ਵਾਈਜ਼ ਵੀ, ਐਕਟਿੰਗ ਵਾਈਜ਼ ਵੀ, ਹਰ ਬੰਦਾ ਮਤਲਬ ਕਿ ਹੁਣ ਖੁੱਬ ਗਿਆ ਸੀ ਕੈਰੈਕਟਰ ਦੇ ਵਿੱਚ ਪਹਿਲੀ ਨੂੰ ਜਦੋਂ ਕੰਟੀਨਿਊ ਕਰਦਾ ਸੀਗਾ, ਉਹ ਗੱਲਾਂ ਜਿਹੜੀਆਂ ਪਿਛਲੇ 'ਚ ਕੁਝ ਗਲਤੀਆਂ ਹੋਈਆਂ ਉਹ ਐਤਕੀ ਹੋਰ ਸਟਰੋਂਗ ਹੋ ਕੇ ਨਿਕਲ ਕੇ ਆਈਆਂ, ਤੇ ਤੇ ਤਾਂ ਕਰਕੇ ਹਾਂ ਇਹ ਨੈਕਸਟ ਲੈਵਲ ਹੈ ਉਹਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਮਿਊਜ਼ਿਕ ਦਾ ਹੈ ਕਿ ਪਹਿਲੀ ਬੰਦੇ ਆ ਹੀ ਚੁੱਕਿਆ ਪਹਿਲਾਂ ਹੀ ਹੈ ਨਾ, ਔਰ ਲੋਕ ਬਹੁਤ ਪਸੰਦ ਕਰ ਰਹੇ ਨੇ ਉਹਨੂੰ, ਤੇ ਬਾਕੀ ਹੋਰ ਉਹਦੇ ਆ ਰਹੇ ਨੇ ਟਰੈਕ ਆਪਾਂ ਹੁਣ ਇੱਕ ਇੱਕ ਕਰਕੇ ਫੇਰ ਰਿਲੀਜ਼ ਕਰਾਂਗੇ। ਸਿੰਘੇ ਦੇ ਗਾਣੇ ਹੈਗੇ ਨੇ ਉਹ ਆ ਰਹੇ ਨੇ, ਤੇ ਜੋਰਾ ਦਾ ਟਾਈਟਲ ਟਰੈਕ ਬਹੁਤ ਅੱਛਾ ਹੈ ਜਿਹੜਾ ਤੁਸੀਂ ਟ੍ਰੇਲਰ ਦੇ ਵਿੱਚ ਵੀ ਸੁਣਿਆ ਹੋਣਾ। ਹਾਂਜੀ, ਤੇ ਅੱਛਾ ਸਾਊਂਡ ਟਰੈਕ ਬਹੁਤ ਅੱਛਾ ਹੈ ਸਾਰਾ ਜੀ। ਜੀ, ਸੋ ਸਾਊਂਡ ਟਰੈਕ ਵਧੀਆ, ਸਟੋਰੀ ਤੇ ਜਿਵੇਂ ਯਾਦ ਗਰੇਵਾਲ ਹੋਣਾ ਨੇ ਕਿਹਾ ਕਿ ਪਹਿਲੀ ਦੇ ਨਾਲੋਂ ਵਧੀਆ ਟੈਕਨੀਕਾਂ ਜਿਹੜੀਆਂ ਨੇ ਇਸ ਫਿਲਮ ਦੇ ਵਿੱਚ ਯੂਜ਼ ਹੋਣਗੀਆਂ। ਸੋ ਅਖੀਰ ਦੇ ਵਿੱਚ ਗਰੇਵਾਲ ਸਾਹਿਬ, ਸਾਡੇ ਜਿਹੜੇ ਲਿਸਨਰ ਨੇ ਜੋ ਕਿ ਦਰਸ਼ਕ ਬਣ ਕੇ ਜਾਣਗੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਜੀ ਜੀ ਦੇਖੋ ਜੀ, ਮੈਸੇਜ ਦੇਣ ਨੂੰ ਮੈਂ ਇੰਨਾ ਸਿਆਣਾ ਤਾਂ ਹੈ ਨਹੀਂ ਕਿ ਮੈਂ ਕੀ ਮੈਸੇਜ ਦੇਵਾਂ, ਸਾਰੇ ਆਪ ਸਿਆਣੇ ਨੇ, ਬਸ ਆਹੀ ਹੈ ਕਿ ਪਿਆਰ ਦਿਓ ਸਾਡੀ ਫਿਲਮ ਨੂੰ, ਫਿਲਮ ਦੇਖੋ ਤੇ ਇੰਜੋਏ ਕਰੋ ਤੇ ਮਿਹਨਤ ਤਾਂ ਕਰੋ, ਤੇ ਰੱਬ ਮਿਹਰ ਕਰੇ ਸਭ ਤੇ, ਤੇ ਹੱਸਦੇ ਵੱਸਦੇ ਰਹਿਣ ਸਾਡੇ ਪੰਜਾਬੀ ਭਰਾ ਜੇ ਸਭ ਦੇਸ਼ਾਂ 'ਚ ਬੈਠੇ ਨੇ ਜਿਹੜੇ, ਉਹਨਾਂ ਨੂੰ ਤਾਂ ਮੈਂ ਕੀ ਮੈਸੇਜ ਦੇ ਸਕਦਾ, ਉਹ ਤਾਂ ਮੇਰੇ ਤੋਂ ਵੱਧ ਸਿਆਣੇ ਨੇ, ਇਸ ਕਰਕੇ ਬਸ ਇਹੀ ਹੈ ਕਿ ਆਸ਼ੀਰਵਾਦ ਚਾਹੀਦਾ ਉਹਨਾਂ ਦਾ, ਤੇ ਸਾਡੀ ਫਿਲਮ ਨੂੰ ਪਿਆਰ ਦਿਓ ਜਿੰਨਾ ਦੇ ਸਕਦੇ ਹੋ, ਬਹੁਤ ਮਿਹਨਤ ਕੀਤੀ ਹੈ, ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਔਰ ਨੈਕਸਟ ਲੈਵਲ ਆ, ਤੁਹਾਨੂੰ ਇਸ ਗੱਲ ਦੀ ਗਰੰਟੀ ਦੇ ਸਕਦਾ ਕਿ ਐਂਟਰਟੇਨਮੈਂਟ, ਫੁੱਲ ਐਂਟਰਟੇਨਮੈਂਟ ਮਿਲੂਗੀ ਤੁਹਾਨੂੰ। ਲਓ ਜੀ, ਯਾਦ ਗਰੇਵਾਲ ਜਿਹੜੇ ਨੇ ਦੀਪ ਸਿੱਧੂ ਦੇ ਰਾਈਟ ਹੈਂਡ ਬੰਦੇ ਜੋਰੇ ਦੇ, ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ। 6 ਮਾਰਚ ਨੂੰ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਪੜਦੇ ਇੱਥੇ ਖਿੜਕੀਆਂ ਦੇ, ਸ਼ੁੱਕਰਵਾਰ ਨੂੰ, ਕਿਉਂਕਿ ਸਭ ਤੋਂ ਪਹਿਲਾਂ ਦਿਨ ਇੱਥੇ ਚੜ੍ਹਦਾ, ਸ਼ਾਮ ਵੀ ਇੱਥੇ ਪੈਂਦੀ ਹੈ। ਸੋ ਪਹਿਲੇ ਸ਼ੋਅ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਇਸ ਦੇ ਰਿਵਿਊਜ਼ ਦੁਨੀਆ ਭਰ ਦੇ ਵਿੱਚ ਦੇਖੇ ਜਾਂਦੇ ਨੇ, ਅਤੇ ਇਸ ਕਰਕੇ ਮੈਸੇਜ ਯਾਦ ਗਰੇਵਾਲ ਹੋਣਾ ਨੇ ਜਿਹੜਾ ਤੁਹਾਡੇ ਤੱਕ ਪਹੁੰਚਾਤਾ। ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ, ਅਤੇ ਦੁਬਾਰਾ ਤੁਹਾਡੇ ਨਾਲ ਜੀ ਇਨ ਟੱਚ ਹੋਵਾਂਗੇ ਫਿਲਮ ਦੇ ਬਾਅਦ ਵੀ ਸਮਾਂ ਦੇਣ ਦੇ ਲਈ। ਧੰਨਵਾਦ ਗਰੇਵਾਲ ਸਾਹਿਬ, ਸਾਰੀ ਟੀਮ ਨੂੰ ਮੁਬਾਰਕਾਂ ਜੀ। ਥੈਂਕ ਯੂ, ਥੈਂਕ ਯੂ ਜੀ, ਧੰਨਵਾਦ ਕਰ ਰਹੇ ਹਾਂ। ਯਾਦ ਗਰੇਵਾਲ ਜੋਰਾ ਸੈਕਿੰਡ ਚੈਪਟਰ ਜਿਹੜਾ ਰਿਲੀਜ਼ ਹੋਣ ਜਾ ਰਿਹਾ, ਸੋ ਮਾਰਚ ਦਾ ਮਹੀਨਾ ਚੜ੍ਹਦਿਆਂ ਹੀ ਤੁਹਾਨੂੰ ਖਾਸ ਕਰਕੇ ਦੀਪ ਸਿੱਧੂ, ਯਾਦ ਗਰੇਵਾਲ ਜਿਹੜੇ ਨੇ ਵੱਡੀ ਸਕਰੀਨ ਦੇ ਉੱਤੇ, ਗੁੱਗੂ ਗਿੱਲ ਸਿੰਘਾ ਜਿਹੜਾ, ਇਹ ਸਾਰੇ ਕਰੈਕਟਰ ਤੁਹਾਨੂੰ ਇੱਕੋ ਹੀ ਸਕਰੀਨ ਦੇ ਉੱਤੇ ਦਿਖਣਗੇ। ਸੋ ਫਿਲਮ ਦੇ ਵਿੱਚ ਮਿਊਜ਼ਿਕ ਦੀ ਗੱਲ ਕਰ ਰਹੇ ਸੀ, ਮਿਊਜ਼ਿਕ ਵੀ ਬੜਾ ਦਮਦਾਰ ਮਿਊਜ਼ਿਕ ਹੈ। ਲਾਭ ਹੀਰੇ ਦਾ ਟਾਈਟਲ ਟਰੈਕ ਜਿਹੜਾ ਹੈ ਉਸਨੇ ਬੱਲੇ ਬੱਲੇ ਕਰਾਈ ਹੋਈ ਹੈ ਵੈਲੀ ਬੰਦੇ। ਸੋ ਮਿਊਜ਼ਿਕ ਦੇ ਬਾਰੇ ਕੁਛ ਕਹਿਣਾ ਚਾਹੋਗੇ ਗਰੇਵਾਲ ਸਾਹਿਬ? ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਮਿਊਜ਼ਿਕ ਦਾ ਹੈ ਕਿ ਬੈਲੀ ਬੰਦੇ ਆ ਹੀ ਚੁੱਕੇ ਆ ਪਹਿਲਾਂ ਹੀ ਹੈ ਨਾ, ਔਰ ਲੋਕ ਬਹੁਤ ਪਸੰਦ ਕਰ ਰਹੇ ਨੇ ਉਹਨੂੰ, ਤੇ ਬਾਕੀ ਹੋਰ ਉਹਦੇ ਆ ਰਹੇ ਨੇ ਟਰੈਕ ਆਪਾਂ ਹੁਣ ਇੱਕ ਇੱਕ ਕਰਕੇ ਫੇਰ ਰਿਲੀਜ਼ ਕਰਾਂਗੇ। ਸਿੰਘੇ ਦੇ ਗਾਣੇ ਹੈਗੇ ਨੇ ਉਹ ਆ ਰਹੇ ਨੇ, ਤੇ ਜੋਰਾ ਦਾ ਟਾਈਟਲ ਟਰੈਕ ਬਹੁਤ ਅੱਛਾ ਹੈ ਜਿਹੜਾ ਤੁਸੀਂ ਟ੍ਰੇਲਰ ਦੇ ਵਿੱਚ ਵੀ ਸੁਣਿਆ ਹੋਣਾ। ਜੀ ਬਿਲਕੁਲ। ਹਾਂਜੀ, ਤੇ ਅੱਛਾ ਸਾਊਂਡ ਟਰੈਕ ਬਹੁਤ ਅੱਛਾ ਹੈ ਸਾਰਾ ਜੀ। ਜੀ, ਸੋ ਸਾਊਂਡ ਟਰੈਕ ਵਧੀਆ, ਸਟੋਰੀ ਤੇ ਜਿਵੇਂ ਯਾਦ ਗਰੇਵਾਲ ਹੋਣਾ ਨੇ ਕਿਹਾ ਕਿ ਪਹਿਲੀ ਦੇ ਨਾਲੋਂ ਵਧੀਆ ਟੈਕਨੀਕਾਂ ਜਿਹੜੀਆਂ ਨੇ
ਇਸ ਫਿਲਮ ਦੇ ਵਿੱਚ ਯੂਜ਼ ਹੋਣਗੀਆਂ। ਸੋ ਅਖੀਰ ਦੇ ਵਿੱਚ ਗਰਵਾ ਸਾਹਿਬ, ਸਾਡੇ ਜਿਹੜੇ ਲਿਸਨਰ ਨੇ ਜੋ ਕਿ ਦਰਸ਼ਕ ਬਣ ਕੇ ਜਾਣਗੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਜੀ ਜੀ ਦੇਖੋ ਜੀ, ਮੈਸੇਜ ਦੇਣ ਨੂੰ ਮੈਂ ਇੰਨਾ ਸਿਆਣਾ ਤਾਂ ਹੈ ਨਹੀਂ ਕਿ ਮੈਂ ਕੀ ਮੈਸੇਜ ਦੇਵਾਂ। ਸਾਰੇ ਆਪ ਸਿਆਣੇ ਨੇ, ਬਸ ਆਹੀ ਹੈ ਕਿ ਪਿਆਰ ਦਿਓ ਸਾਡੀ ਫਿਲਮ ਨੂੰ, ਫਿਲਮ ਦੇਖੋ ਤੇ ਇੰਜੋਏ ਕਰੋ ਤੇ ਮਿਹਨਤ ਕਰੋ ਤੇ ਰੱਬ ਮਿਹਰ ਕਰੇ ਸਭ ਤੇ, ਤੇ ਹੱਸਦੇ ਵੱਸਦੇ ਰਹਿਣ ਸਾਡੇ ਪੰਜਾਬੀ ਭਰਾ ਦੇਸਾਂ ਵਿਦੇਸ਼ਾਂ 'ਚ ਬੈਠੇ ਨੇ ਜਿਹੜੇ, ਤੇ ਹੁਣ ਉਹਨਾਂ ਨੂੰ ਤਾਂ ਮੈਂ ਕੀ ਮੈਸੇਜ ਦੇ ਸਕਦਾ, ਉਹ ਤਾਂ ਮੇਰੇ ਤੋਂ ਵੱਧ ਸਿਆਣੇ ਨੇ। ਇਸ ਕਰਕੇ ਬਸ ਇਹੀ ਹੈ ਕਿ ਆਸ਼ੀਰਵਾਦ ਚਾਹੀਦਾ ਉਹਨਾਂ ਦਾ, ਤੇ ਸਾਡੀ ਫਿਲਮ ਨੂੰ ਪਿਆਰ ਦਿਓ ਜਿੰਨਾ ਦੇ ਸਕਦੇ ਹੋ। ਬਹੁਤ ਮਿਹਨਤ ਕੀਤੀ ਹੈ, ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਔਰ ਨੈਕਸਟ ਲੈਵਲ ਆ, ਤੁਹਾਨੂੰ ਇਸ ਗੱਲ ਦੀ ਗਰੰਟੀ ਦੇ ਸਕਦੇ ਕਿ ਐਂਟਰਟੇਨਮੈਂਟ, ਫੁੱਲ ਐਂਟਰਟੇਨਮੈਂਟ ਮਿਲੂਗੀ ਤੁਹਾਨੂੰ। ਲਓ ਜੀ, ਯਾਦ ਗਰੇਵਾਲ ਜਿਹੜੇ ਨੇ ਦੀਪ ਸਿੱਧੂ ਦੇ ਰਾਈਟ ਹੈਂਡ ਬੰਦੇ ਜੋਰੇ ਦੇ, ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ। 6 ਮਾਰਚ ਨੂੰ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਪੜਦੇ ਇੱਥੇ ਖਿੜਕੀਆਂ ਦੇ, ਸ਼ੁੱਕਰਵਾਰ ਨੂੰ, ਕਿਉਂਕਿ ਸਭ ਤੋਂ ਪਹਿਲਾਂ ਦਿਨ ਇੱਥੇ ਚੜ੍ਹਦਾ, ਸ਼ਾਮ ਵੀ ਇੱਥੇ ਪੈਂਦੀ ਹੈ। ਸੋ ਪਹਿਲੇ ਸ਼ੋਅ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਇਸ ਦੇ ਰਿਵਿਊਜ਼ ਦੁਨੀਆ ਭਰ ਦੇ ਵਿੱਚ ਦੇਖੇ ਜਾਂਦੇ ਨੇ, ਅਤੇ ਇਸ ਕਰਕੇ ਮੈਸੇਜ ਯਾਦ ਗਰੇਵਾਲ ਹੋਣਾ ਨੇ ਜਿਹੜਾ ਤੁਹਾਡੇ ਤੱਕ ਪਹੁੰਚਾਤਾ। ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ, ਅਤੇ ਦੁਬਾਰਾ ਤੁਹਾਡੇ ਨਾਲ ਜੀ ਇਨ ਟੱਚ ਹੋਵਾਂਗੇ ਫਿਲਮ ਦੇ ਬਾਅਦ ਵੀ ਸਮਾਂ ਦੇਣ ਦੇ ਲਈ। ਧੰਨਵਾਦ ਗਰੇਵਾਲ ਸਾਹਿਬ, ਸਾਰੀ ਟੀਮ ਨੂੰ ਮੁਬਾਰਕਾਂ। ਥੈਂਕ ਯੂ ਜੀ, ਧੰਨਵਾਦ।